ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ। ਪੰਜਾਬ ਫਾਇਰ ਬ੍ਰਿਗੇਡ ਭਰਤੀ ਦੇ ਰਿਲੇਟਡ ਅਪਡੇਟ ਜਿਹੜਾ ਜੀ ਆ ਚੁੱਕਾ ਹੈ। ਸੋ ਉਹਦੇ ਰਿਲੇਟਡ ਕੀ ਅਪਡੇਟ ਹੈ, ਕੌਣ ਕੌਣ ਕੈਂਡੀਡੇਟ ਦੇ ਲਈ ਅਪਲਾਈ ਕਰ ਪਾਏਗਾ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿਹਦੇ ਲਈ ਸਿੰਪਲੀ ਗੂਗਲ 'ਚ ਜਾਣਾ ਔਰ ਉੱਥੇ ਜਾ ਕੇ ਟਾਈਪ ਕਰਨਾ ਹੋਏਗਾ www.meetacademy.in ਔਰ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ। ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ। ਸੋ ਅੱਜ ਦੀ ਇਹ ਵੀਡੀਓ ਜਿਹੜੀ ਹੈ ਉਹ ਭਗਵੰਤ ਮਾਨ ਜੀ ਦੇ ਰੀਸੈਂਟਲੀ ਜਿਹੜਾ ਉਹਨਾਂ ਨੇ ਸੰਬੋਧਿਤ ਕੀਤਾ ਸੀ ਰੱਖੜੀ 'ਤੇ, ਠੀਕ ਹੈ, ਕੈਂਡੀਡੇਟਸ ਨੂੰ। ਉਸ ਦੇ ਵਿੱਚ ਉਹਨਾਂ ਨੇ ਫਾਇਰ ਬ੍ਰਿਗੇਡ ਦੇ ਡਿਪਾਰਟਮੈਂਟ ਦੇ ਵਿੱਚ ਨਵੀਆਂ ਭਰਤੀਆਂ ਦੇ ਬਾਰੇ ਵਿੱਚ ਅਪਡੇਟ ਦਿੱਤਾ ਹੈ ਕਿ ਫਾਇਰ ਬ੍ਰਿਗੇਡ ਦੇ ਵਿੱਚ ਨਵੀਆਂ ਭਰਤੀਆਂ ਆਉਣਗੀਆਂ ਜਿਹਦੇ ਵਿੱਚ ਜਿਹੜੀਆਂ ਫੀਮੇਲ ਕੈਂਡੀਡੇਟਸ ਹੋਣਗੀਆਂ, ਠੀਕ ਹੈ ਜੀ। ਫੀਮੇਲ ਕੈਂਡੀਡੇਟਸ ਦੇ ਲਈ ਜਿਹੜਾ ਇਹ ਮਾਪਦੰਡ ਹੋਏਗਾ ਜਿਹੜਾ ਸਿਲੈਕਸ਼ਨ ਦਾ ਫਿਜ਼ੀਕਲ ਹੁੰਦਾ ਸੀਗਾ ਉਹਦੇ ਵਿੱਚ ਚੇਂਜਸ ਹੋਣਗੇ, ਠੀਕ ਹੈ ਜੀ। ਪਲੱਸ ਇਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਹੋਰ ਡਿਪਾਰਟਮੈਂਟ ਜਿੱਦਾਂ ਕਿ ਆਂਗਨਵਾੜੀ ਹੋ ਗਿਆ, ਠੀਕ ਹੈ ਜੀ, ਪਟਵਾਰੀ ਹੋ ਗਿਆ, ਇਹ ਤਿੰਨ ਡਿਪਾਰਟਮੈਂਟਾਂ ਦੀ ਉਹਨਾਂ ਨੇ ਗੱਲ ਕੀਤੀ ਕਿ ਇਹਨਾਂ ਤਿੰਨਾਂ ਡਿਪਾਰਟਮੈਂਟਾਂ ਦੀ ਡਿਟੇਲ ਜਿਹੜੀ ਹੈ ਜੀ ਆਲਰੇਡੀ ਰੈਡੀ ਹੋ ਚੁੱਕੀ ਹੈ ਔਰ ਇਹਦੇ ਵਿੱਚ ਇਹ ਵੈਕੈਂਸੀ ਜਿਹੜੀਆਂ ਨੇ ਨੈਕਸਟ ਮੰਥ ਮੋਸਟ ਪ੍ਰੋਬੇਬਲੀ ਚਾਂਸਿਸ ਨੇ ਆਉਣ ਦੇ, ਜਿਸਦੇ ਵਿੱਚ ਸਭ ਤੋਂ ਪਹਿਲਾਂ ਤਾਂ ਪਟਵਾਰੀ ਦੀਆਂ ਵੈਕੈਂਸੀਜ਼ ਹੋਣਗੀਆਂ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀਆਂ ਵੈਕੈਂਸੀਜ਼ ਆਉਣੀਆਂ ਨੇ ਉਹ ਤੁਹਾਡੀਆਂ ਆਉਣੀਆਂ ਨੇ ਫਾਇਰ ਬ੍ਰਿਗੇਡ ਔਰ ਪਲੱਸ ਇਸੇ ਦੇ ਨਾਲ ਉਹਨਾਂ ਨੇ ਆਂਗਨਵਾੜੀ ਦੀਆਂ ਵੈਕੈਂਸੀਜ਼ ਦੇ ਲਈ ਵੀ ਅਪਡੇਟ ਜਿਹੜਾ ਹੈ ਉਹ ਦਿੱਤਾ ਹੈ। ਸੋ ਕੈਂਡੀਡੇਟ ਜਿਹੜੇ ਵੀ ਇਹਨਾਂ ਲਈ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਉਹ ਚਾਹੁੰਦੇ ਨੇ ਕਿ ਇਹ ਸਾਰੀਆਂ ਵੈਕੈਂਸੀਜ਼ ਉਹਨਾਂ ਨੂੰ ਅਪਡੇਟ ਮਿਲਦੇ ਰਹਿਣ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਔਰ ਪਲੱਸ ਜਿਹੜੀ ਅਨਾਊਂਸਮੈਂਟ ਉਹਨਾਂ ਨੇ ਕੀਤੀ ਹੈ ਉਹਦਾ ਮੈਂ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਜਿਹੜਾ ਹੈ ਉਹ ਦੇ ਦੇਵਾਂਗਾ ਤਾਂ ਕਿ ਤੁਹਾਨੂੰ ਉੱਥੋਂ ਉਹ ਵੀਡੀਓ ਦੇ ਰਾਹੀਂ ਤੁਹਾਨੂੰ ਪਤਾ ਵੀ ਲੱਗ ਸਕੇ ਕਿ ਵਾਕਈ ਉਹ ਅਪਡੇਟ ਸਹੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਦੇ ਵਿੱਚ ਜਿਹੜੀ ਹੈ ਅਨਾਊਂਸਮੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਧਾਂਦਲੀ ਨਹੀਂ ਹੈ। ਸੋ ਇਹਦੇ ਵਿੱਚ ਜਲਦੀ ਹੀ ਤੁਹਾਨੂੰ ਇਹ ਨੋਟੀਫਿਕੇਸ਼ਨ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ। ਫਿਰ ਵੀ ਕੋਈ ਡਾਊਟ ਹੁੰਦਾ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ। ਬਾਕੀ ਵੈਕੈਂਸੀਜ਼ ਕਿਹੜੀਆਂ ਆਊਟ ਹੋਣੀਆਂ ਨੇ ਉਹ ਹਲੇ ਉਹਨਾਂ ਨੇ ਡਿਟੇਲ ਨਹੀਂ ਦਿੱਤੀ, ਆਪਾਂ ਨੂੰ ਨੋਟੀਫਿਕੇਸ਼ਨ 'ਚ ਹੀ ਇਹ ਡਿਟੇਲ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ। ਸੋ ਜਿੱਦਾਂ ਹੀ ਆਊਟ ਹੋਏਗਾ ਮੈਂ ਤੁਹਾਡੇ ਲਈ ਅਪਡੇਟ ਜਿਹੜਾ ਜੀ ਉਹ ਲੈ ਕੇ ਜ਼ਰੂਰ ਆਵਾਂਗਾ। ਸੋ ਇਹ ਸੀਗਾ ਅੱਜ ਦਾ ਅਪਡੇਟ ਜਿਹੜਾ ਕਿ ਆਊਟ ਹੋਇਆ। ਸੋ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।